ਸ਼ਮਾ ਨੇ ਫਟੇ ਲਾਏ ਨੇ ਦੋ ਫਟੇ ਨੇ ਉੱਤੇ ਛਾਂ ਵੀ ਹੈ ਪੂਰਾ ਮਾਹੌਲ ਬਣਾਇਆ ਹੈ ਇੱਥੇ ਮੇਨ ਅੱਡੇ ਦੇ ਵਿੱਚ ਖੇਡਦੀ ਵੀ ਵਾਂ ਤੈਨੂੰ ਨਹੀਂ ਖੜਾਇਆ ਨਾ ਤੈਨੂੰ ਜਾ ਜੀ ਬਹੁਤੀ ਜੀ ਮੇਰੇ ਹਿਸਾਬ ਨਾਲ ਓਏ ਹੋਏ 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 ਉਹ ਚੱਲੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮੁ ਅਲੈਕੁਮ ਰਹਿਮਤੁਲਲਾਹਿ ਵਬਰਕਾਤੁਹ ਉਮੀਦ ਕਰਨੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਭ ਵਧੀਆ ਹੋਵੋਗੇ ਫਿੱਟ ਫਾਟ ਹੋਵੋਗੇ ਵੀਡੀਓ ਸਕਿੱਪ ਨਾ ਕਰਿਓ ਵੀਡੀਓ ਪੂਰੀ ਦੇਖਣ ਨਾਲ ਮੇਰੇ ਚੈਨਲ ਨੂੰ ਬਹੁਤ ਘੱਟ ਸਬਸਕ੍ਰਾਈਬ ਕਰ ਦਿਓ ਅੱਜ ਦੇ ਵਲੋਗ ਕਰਨੇ ਸ਼ੁਰੂ ਟੀਣੀਆਂ ਵਿੱਚ ਰੱਖ ਜੇ ਭਾਵੇਂ ਬਾਹਰ ਖੜਾ ਲੱਗਾ ਕੀ ਕਰਨਦੇ ਹੋ ਯਾਰ ਜਿੱਦਾਂ ਹੋ ਗਿਆ ਐ ਲੈ ਇਹ ਲਗਾ ਹੀ ਆ ਸ਼ਮਸ ਭਾਈ ਕੀ ਹਾਲ ਚਾਲ ਹੈ ਤੁਹਾਡੇ ਅੱਡੇ 'ਚ ਆਏ ਆ ਵੇਖੋ ਕੀ ਪੂਰਾ ਮਾਹੌਲ ਹੈ ਤੁਹਾਡਾ ਹੈ ਮੰਜੀ ਡਾਈ ਸਕੂਨ ਨਾਲ ਲੰਮਾ ਪਏ ਹੋਰ ਵੀ ਬਣੇਗਾ ਦੁਕਾਨ ਬਣੀ ਨਾਲ ਅੱਛਾ ਅੱਛਾ ਠੀਕ ਹੋ ਗਈ ਜ਼ਬਰਦਸਤ ਹੋਣ ਜੀ ਮੈਂ ਨਾ ਬਣ ਗਿਆ ਮਾਹੌਲ ਵੇਖੋ ਕੀ ਬਾਤ ਸ਼ਮਸ ਭਾਈ ਨੇ ਨਵਾਂ ਘਰ ਬਾਰ ਖੁੱਲਿਆ ਸਹੀ ਚੱਲਦਾ ਪਏ ਇਨਸ਼ਾਅੱਲਾਹ ਭੈੜੀ ਸਹੀ ਲੱਗ ਜਾਂਦੀ ਚੰਗੀ ਸ਼ੁਕਰ ਹੈ ਹੋਰ ਕਾਰੋਬਾਰ ਵੀ ਸ਼ੁਰੂ ਕਰਨਾ ਸਭਾਨ ਤੇ ਅੜ ਗਿਆ ਤੇ ਦਵੋ ਪੈਸੇ ਹੁਣ ਸ਼ਮਸ ਭਾਈ ਨੂੰ ਤੇ ਚੱਲੀ ਜਾਈ ਦੇਖ ਰਹੇ ਹਾਂਜੀ ਇਹ ਬੰਦਾ ਫ੍ਰੀ ਭਾਈ ਠੀਕ ਬਾਦਸ਼ਾਹ ਹੁਣ ਦਵੋ ਜਦ ਅਸੀਂ ਜਾਈਏ ਚਲੋ ਜੀ ਚੱਲੀਏ ਚਲੋ ਜੀ ਚੱਲੀਏ ਲਓ ਜੀ ਵੇਨੇ ਡਾਡੀ ਛਾੜ ਜਾ ਜੂਈ ਤੇ ਹੈ ਨਹੀਂ ਬਸ ਠੀਕ ਚਲੋ ਚੱਲੀ ਵਾਲ ਵਾਹਵਾ ਵੱਡੇ ਹੋ ਗਏ ਹਨ ਅਤੇ ਮੈਂ ਆਖਿਆ ਵਾਲ ਕਟਾਈਏ ਵਾਲ ਛਾਲ ਕਟਾ ਕੇ ਆਉਂਦੇ ਹਾਂ ਨਾਲੇ ਬਾਗੀ ਵਾਲ ਕਟਾਉਣਾ ਹਾਂ ਪਰ ਉੱਥੋਂ ਉੱਥੇ ਰਸ਼ ਬੜਾ ਉੱਥੇ ਨਹੀਂ ਕੱਟੇ ਜਾਣੇ ਹੁਣ ਜਾਂਦੇ ਹਾਂ ਦੂਸਰੇ ਮਹਾਮਲੇ ਜਾ ਕੇ ਵਾਲ ਕਟਾਉਂਦੇ ਹਾਂ ਬੰਦੇ ਮੈਨੂੰ ਦੋਵੇਂ ਰਾਹ 'ਚ ਲੱਭ ਗਏ ਨੇ ਆਉਂਦੇ ਲੈ ਜਾਓ ਕਿੱਥੋਂ ਆਏ ਹੋ ਮਸਤਪੁਰੋਂ ਉਹ ਮਸਤਪੁਰੋਂ ਤਾਂ ਆ ਜਾਓ ਚੱਲੇ ਉਸੇ ਹੁਣ ਆਏ ਕਿੱਥੋਂ ਮਸਜਿਦ 'ਚ ਚੱਲੇ ਹਾਂ ਘਰੋਂ ਆਇਆ ਜੀ ਘਰੋਂ ਆਏ ਹੋ ਹਾਂ ਇੱਥੇ ਤੁਹਾਡਾ ਕਿਤੇ ਘਰ ਹੈ ਦੁਕਾਨ ਵਿਚ ਦੋ ਬੱਚੇ ਲੱਗੇ ਨੇ ਆਈ ਜਾਏਗੀ ਵਾੜੀ ਸਲਾਮ ਅਲੈਕੁਮ ਜੀ ਮਾਮ ਤੇ ਆਇਆ ਮੁੰਡਾ ਵੇਖੋ ਛੋਟਾ ਜਿਹਾ ਤਾਂ ਵੇਖੋ ਕਰੀਮਾ ਸ਼ਰੀਮਾ ਲਵਾ ਰਿਹਾ ਨਾ ਕੀ ਤੇਰਾ ਕੋਈ ਨਹੀਂ ਨਾ ਜਾਂਦਾ ਹੋਵੇ ਹੁਣ ਵਾਲ ਕਟਾਉਣ ਦੀ ਵਾੜੀ ਮੇਰੀ ਆ ਗਈ ਉਹ ਬੰਦਾ ਕਰੀਮ ਲਾ ਕੇ ਬੈਠਾ ਪਾਣਾ ਚਲੋ ਜੀ ਭਾਅ ਜੀ ਇੱਥੇ ਮੈਂ ਬਹਿਣਾ ਬਹਿ ਜਾ ਚਲੋ ਜੀ ਆ ਜੀ
जी वाल शाल मैं कटा ले ने ते नाले दसियो सोने वाल कटे गए ने। घर अपने मैं पहुँच गया ते हुण नहाने आ। ठंड ते बड़ी लगनी है, धुप लगी है, नहीं लगती ठंड नाल ही है। हुण फिर खेड खुड़न जाने आ। ऐ मेरा अज का व्लॉग, उम्मीद कि तुम्हें चंगा लगा होगा। अगर अच्छा लगा हो लाइक करें, शेयर करें, कमेंट करें, सब्सक्राइब करना ना बोले।